ਮਹਾਰਾਜ ਦੀ ਕਿਰਪਾ ਜੀ, ਜਿਹੜਾ ਤੁਹਾਡੇ ਚਿਹਰੇ ਤੇ ਸਮਾਈਲ ਹੈ ਨਾ, ਇਹ ਜ਼ਰੂਰ ਹੈ। ਤੁਹਾਡੀ ਘਰ ਵਾਲੀ ਜ਼ਰੂਰ ਸਹੇਲੀਆਂ ਨੂੰ ਕਹਿੰਦੀ ਹੁੰਦੀ ਹੈ, ਕਹਿਣੀ ਹੋਣੀ ਵੀ ਇੱਕ ਨੇ ਕਿਹਾ ਮਜਨੂੰ ਤਾਈ ਤੇਰੀ ਲੈਲਾ ਰੰਗ ਦੀ ਕਾਲੀ, ਅੱਗੋ ਮਜਨੂੰ ਝਟਕਰ ਲਾਇਆ ਤੇਰੀ ਅੱਖ ਨੀ ਵੇਖਣ ਵਾਲੀ, ਕਹਿੰਦੇ ਮਨਸੂਰ ਮੀਆਂ ਜਿੱਥੇ ਅੱਖੀਆਂ ਲੱਗੀਆਂ ਉੱਥੇ ਕੀ ਗੋਰੀ ਕੀ ਕਾਲੀ, ਕਹਿੰਦੇ ਜਿੱਥੇ ਦਿਲ ਪਿਆਰ ਕਰਦਾ ਹੈ ਉੱਥੇ ਸੂਰਤਾਂ ਨਹੀਂ ਵੇਖੀਆਂ ਜਾਂਦੀਆਂ ਕਦੇ ਵੀ। ਦਿਲ ਇੱਕ ਐਸੀ ਚੀਜ਼ ਹੈ, ਇਹਦੇ ਨਾਲ ਹੀ ਸੀ ਜਿਵੇਂ ਹੁਣ ਕੋਈ ਕਿਸੇ ਨੂੰ ਬੜੇ ਪਿਆਰ ਨਾਲ ਕਹਿੰਦਾ ਕਿ ਢੇਰੀਆਂ ਵੇ ਢੇਰੀਆਂ ਵੇ ਢੇਰੀਆਂ, ਤੂੰ ਨਾਭੀ ਪੱਗ ਨਾ ਬੰਨਵੇ, ਤੁਹਾਡੇ ਤਾਂ ਪਟਕਾ ਬੰਨਿਆ ਜੀ ਕੀ ਕਰਾਂ, ਤੂੰ ਨਾਭੀ ਪੱਗ ਨਾ ਬੰਨਵੇ ਤੈਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ। ਹੁਣ ਜਵਾਬ ਘੜਿਆ ਪਿਆ, ਕਹਿੰਦਾ ਢੇਰੀਆਂ ਨੀ ਢੇਰੀਆਂ ਨੀ ਢੇਰੀਆਂ ਨੀ, ਨਾਭੀ ਪੱਗ ਬੰਨ ਲੈਣ ਦੇ ਨੀ, ਸਾਡੇ ਪਿੰਡ ਵਿੱਚ ਮਿਰਚਾਂ ਬਥੇਰੀਆਂ। ਆਮ ਕਰਕੇ ਬੁੜੀਆਂ ਡੰਡੀ ਵਾਲੀਆਂ ਮਿਰਚਾਂ ਵਾਰਦੀਆਂ ਨੇ ਜੀ, ਪੂਰੀਆਂ ਸੱਤ ਮਿਰਚਾਂ। ਹੁਣ ਆਏ ਪੁੱਛਣ ਵਾਲਾ ਹੋਵੇ ਇਹ ਵੀ ਜੇ ਮਿਰਚਾਂ ਹੀ ਇਲਾਜ ਕਰਦੀਆਂ ਹੋਣ ਤਾਂ ਡਾਕਟਰ ਕੋਲੇ ਜਾਣ ਦੀ ਲੋੜ ਹੀ ਨਹੀਂ, ਕੁਇੰਟਲ ਮਿਰਚਾਂ ਘਰੇ ਲਿਆ ਕੇ ਧਰ ਲਈ ਬੰਦਾ। ਪਰ ਇਹ ਸਾਡੇ ਸੱਭਿਆਚਾਰ ਦਾ ਇੱਕ ਅੰਗ ਹੈ, ਇੱਥੇ ਕਦੇ ਕਦੇ ਆਪਾਂ ਵੀ ਵਿਸ਼ਵਾਸ ਕਰਦੇ ਹਾਂ, ਫਟਕੜੀ ਤਵੇ ਤੇ ਧਰ ਦੋ, ਦੇਖਦੇ ਹਾਂ ਵੀ ਬੰਦਾ ਬਣ ਗਿਆ ਕਿ ਬੁਰੀ ਬਣ ਗਈ, ਫਿਰ ਚੁਰਸਤੇ ਚ ਜਾ ਕੇ 10 ਛੱਤਰ ਮਾਰਦੇ ਹਾਂ। ਇਹ ਚੀਜ਼ਾਂ ਕਰਕੇ ਆਪਣੇ ਮਨ ਨੂੰ ਸੈਟਿਸਫਾਈਡ ਹੁੰਦੀ ਹੈ। ਇਹ ਇੱਕ ਡਾਕਟਰ ਦੀ ਤਰ੍ਹਾਂ, ਕਹਿੰਦੇ ਕੋਈ ਡਾਕਟਰ ਹੁੰਦਾ ਅੱਧਾ ਇਲਾਜ ਗੱਲਾਂ ਨਾਲ ਠੀਕ ਕਰ ਦਿੰਦਾ, ਇਹ ਦੋ ਤਿੰਨ ਟੂਣੇ ਇਹੋ ਜਿਹੇ ਹੈ ਜਿਹੜੇ ਉਹੀ ਬੰਦੇ ਨੂੰ ਠੀਕ ਕਰ ਦਿੰਦੇ।
ਆਪਣੀ ਤੇ ਰੱਖਣਾ ਸਬਰ ਚਾਹੀਦਾ। ਹਾਂਜੀ, ਰਾਂਝਾ ਜੋਗੀ ਹੋ ਗਿਆ ਸਾਡੀ ਕਮੇਟੀ ਮੈਂਬਰਸ ਦੀ ਫਰਮਾਇਸ਼ ਹੈ। ਇੱਕ ਗੀਤ ਹੈ ਜਿਹੜਾ ਆਪਣੀ ਤੇ ਰੱਖਣਾ ਸਬਰ ਚਾਹੀਦਾ, ਉਸ ਤੋਂ ਬਾਅਦ ਇੱਕ ਅੱਧਾ ਨਵਾਂ ਗੀਤ। ਨੀਵੀਂ ਪਾ ਕੇ ਹੁਣ ਕਰਾ ਤੋਂ ਲੰਘ ਜੇ ਕੋਰੇ ਦੀ, ਪਹਿਲਾਂ ਵਾਂਗੂ ਹੱਸ ਕੇ ਬੁਲਾਇਆ ਨਾ ਬੋਲਦੀ, ਸਾਡਾ ਪਿੰਡ ਵਿੱਚ ਵੈਰ ਪਵਾਇਆ, ਨੀ ਆਉਂਦੀ ਜਾਂਦੀ ਰਹਿ ਜੱਟੀਏ, ਕੀ ਹੋ ਗਿਆ ਜੇ ਵਿਆਹ ਕਰਵਾਇਆ, ਨੀ ਆਉਂਦੀ ਜਾਂਦੀ ਰਹਿ ਜੱਟੀਏ। ਹੁਣ ਲਾਸਟ ਵਾਲਾ ਜਿਹੜਾ ਅੱਧਾ ਪੌਣਾ ਘੰਟਾ ਜੀ, ਉਹ ਆਪਾਂ ਥੋੜ੍ਹਾ ਜਿਹਾ ਨੱਚਣ ਕੁੱਦਣ ਵਾਲਾ ਬਣਾਵਾਂਗੇ, ਕਿਉਂਕਿ ਪਹਿਲਾਂ ਲੋਕ ਤੱਥ ਲੋਕ ਕਰਲੀਆਂ ਜਿਹੜੀਆਂ ਸੁਣਾਉਣ ਵਾਲੀਆਂ ਆਈਟਮਾਂ ਸੁਣਾ ਚੁੱਕੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਆਈਟਮ ਹੈ, ਇੱਕ ਫਰਮਾਇਸ਼, ਫਿਰ ਨਵੀਂ ਆਈਟਮ ਹੈ ਜੀ, ਉਸ ਤੋਂ ਬਾਅਦ ਫਿਰ ਤੁਹਾਡੀ ਫਰਮਾਇਸ਼ ਹੈ ਜੀ। ਇੱਕ ਵਾਰੀ ਹੱਸ ਕੇ ਵਿਖਾ ਦੇਣਾ ਜੀ, ਇੱਕ ਵਾਰੀ ਹੱਸ ਕੇ ਵਿਖਾ ਦੇ ਕੰਜਰੀ ਤਾਂ ਲੋਕ ਲੋਟ ਮਾਰਦੇ, ਇੱਕ ਵਾਰੀ ਹੱਸ ਕੇ ਵਿਖਾ ਦੇ ਕੰਜਰੀ ਤਾਂ ਲੋਕ ਲੋਟ ਮਾਰਦੇ, ਭੁੱਖੋਂ ਨਾ ਫਿਰਦੀ ਜਦਵਾਈ ਤੀ ਬੋੜਾ ਨਾ ਵਿਚਾਰਦੇ, ਇੱਕ ਹੱਥ ਨਾਲ ਕੰਮ ਵੇਖ ਲੋ ਬਣਾ ਕੇ ਵੱਜਦੀ ਨਾ ਤਾਈ, ਆਪਣੀ ਰੱਖਣਾ ਸਬਰ ਚਾਹੀਦਾ ਖੁਦ ਜੱਟ ਮਾਰੀਏ, ਆਪਣੀ ਰੱਖਣਾ ਸਬਰ ਚਾਹੀਦਾ ਖੁਦ ਜੱਟ ਮਾਰੀਏ। ਬੰਦੇ ਦੀ ਜ਼ੁਬਾਨ ਦਾ ਉਹ ਸਾਡਾ ਪੈਂਦਾ ਮੁੱਲ ਹੈ, ਬੇਈਮਾਨ ਪਿੱਛਾ ਤੱਕ ਮਾਰੇ ਬੰਦੇ ਦਾ ਹੁੰਦਾ ਦੀਵਾ ਗੁੱਲ ਹੈ, ਬੇਈਮਾਨ ਪਿੱਛਾ ਤੱਕ ਮਾਰੇ ਬੰਦੇ ਦਾ ਹੁੰਦਾ ਦੀਵਾ ਗੁੱਲ ਹੈ, ਆਪਣੀ ਜ਼ਮੀਨ ਵਿੱਚ ਸਕਿਆ ਪਈਆਂ ਚੱਲਦੀ ਪਹਾੜੀ, ਆਪਣੀ ਤੇ ਰੱਖਣਾ ਸਬਰ ਚਾਹੀਦਾ ਖੁਦ ਜੱਟ ਮਾਰੀਏ, ਆਪਣੀ ਤੇ ਰੱਖਣਾ ਸਬਰ ਚਾਹੀਦਾ ਖੁਦ ਜੱਟ ਮਾਰੀਏ। Oh,
ਤੂੰ ਸੋਹਣੇ ਉੱਤੇ ਤੋਲਦੀ ਅੱਜੀ ਆਏ ਜਦੋਂ ਕੀਤਾ ਤੂੰ ਇਸ਼ਾਰਾ ਨਾ ਸੋਹਣੇ ਗਰੀਬ ਜੱਟਦੀ ਤੇਰੀਆਂ ਮਲਾ ਕੇ ਤਾਰਾ ਤੇ ਸੋਹਣਿਆ ਗਰੀਬ ਜੱਟਦੀ ਤੇਰੀਆਂ ਮਲਾ ਕੇ ਤਾਰਾ ਤੇ ਸੋਹਣਿਆ ਗਰੀਬ ਜੱਟਦੀ ਸਾਨੂੰ ਆਪ
ਅਗਲੀ ਵਾਰ ਦਾੜੀ ਆ ਜਾਊਗੀ ਥੋੜੀ ਜਿਹੀ, ਆਉਂਦੇ ਸਾਲ ਨੂੰ ਨਿੱਕੀ ਜਿਹੀ ਪੱਗ ਬੰਨੀ ਹੋਊਗੀ। ਪਰਮਾਤਮਾ ਕਰੇ ਤੁਸੀਂ ਇਸੇ ਤਰ੍ਹਾਂ ਹੱਸਦੇ ਰਹੋ, ਕਿਉਂਕਿ ਮੇਰੇ ਤਾਂ ਬੱਚਿਆਂ ਵਰਗੇ ਹੋ। ਕਹਿੰਦੇ ਜਦੋਂ ਕੋਈ ਖੁਸ਼ੀ ਬਹੁਤ ਜ਼ਿਆਦਾ ਇਜ਼ਹਾਰ ਹੁੰਦੀ ਹੈ ਤਾਂ ਸਾਡੇ ਦਿਲੋਂ ਦੁਆ ਨਿਕਲਦੀ ਹੈ ਕਿ ਤੁਸੀਂ ਇਸੇ ਤਰ੍ਹਾਂ ਖੁਸ਼ ਰਹੋ। ਕਹਿੰਦੇ ਕਲਾਕਾਰ ਇੱਕ ਐਸੀ ਚੀਜ਼ ਹੁੰਦੀ ਹੈ ਜਿਹੜੀ ਸੁਬਾਹ ਉੱਠ ਕੇ ਦੁਆ ਕਰਦੇ ਆ ਕਿ ਦੁਨੀਆਂ 'ਚ ਇੰਨੀਆਂ ਖੁਸ਼ੀਆਂ ਆਉਣ ਕਿ ਉਹਨਾਂ ਖੁਸ਼ੀਆਂ ਨੂੰ ਅਸੀਂ ਸਾਂਝਾ ਕਰਨ ਲਈ ਜਾਈਏ। ਇੱਕ ਕਲਾਕਾਰ ਤੇ ਇੱਕ ਜਿਨ੍ਹਾਂ ਨੂੰ ਆਪਾਂ ਬਾਬੇ ਕਹਿੰਦੇ ਹਾਂ, ਢਾਈਵੀਂ ਜਾਤ, ਦੋ ਐਸੀਆਂ ਸ਼ਖਸੀਅਤ ਨੇ ਜਿਹੜੀਆਂ ਸੁਬਾਹ ਉੱਠ ਕੇ ਪਰਮਾਤਮਾ ਤੋਂ ਮੰਗਦੀਆਂ ਕਿ ਸਾਰੀ ਦੁਨੀਆਂ ਦੇ ਕਿਤੇ ਨਾ ਕਿਤੇ ਜਾ ਕੇ ਖੁਸ਼ੀ ਦੇਈਂ ਤੇ ਉਹਨਾਂ ਖੁਸ਼ੀਆਂ ਨੂੰ ਵੰਡਣ ਲਈ। ਉਹਨਾਂ ਖੁਸ਼ੀਆਂ ਦੇ ਵਿੱਚ ਸਾਡੀ ਰੋਜ਼ੀ ਰੋਟੀ ਹੈ ਜੀ, ਸਾਡੇ ਬੱਚੇ ਪੜ੍ਹਦੇ ਆ। ਮੈਂ ਤੁਹਾਨੂੰ ਗੱਲ ਸੁਣਾਉਣ ਲੱਗੀ ਹਾਂ, ਇੱਕ ਛੋਟੀ ਜਿਹੀ ਬੜੀ ਸੁਣਨ ਵਾਲੀ ਗੱਲ ਹੈ ਇਹਨਾਂ ਖੁਸ਼ੀਆਂ ਤੋਂ, ਕਿ ਜਿਹੜੇ ਜਿਨ੍ਹਾਂ ਨੂੰ ਆਪਾਂ ਬਾਬੇ ਕਹਿੰਦੇ ਹਾਂ, ਸ਼ੁੱਧ ਪੰਜਾਬੀ 'ਚ ਲੋਕ ਉਹਨਾਂ ਨੂੰ ਹੀਜੜੇ ਕਹਿ ਦਿੰਦੇ ਨੇ, ਪਰ ਅਸੀਂ ਬਾਬੇ ਕਹਿੰਦੇ ਹਾਂ ਕਿਉਂਕਿ ਉਹਨਾਂ ਦੇ ਦਰਸ਼ਨ ਕਰਕੇ ਸੁਬਾਹ, ਕਿਉਂਕਿ ਉਹ ਹਮੇਸ਼ਾ ਖੁਸ਼ੀ ਮੰਗਦੇ ਨੇ। ਜਿਹੜੇ ਬੰਦੇ ਉਹਨਾਂ ਦੇ ਦਰਸ਼ਨ ਕਰ ਲੈਂਦੇ ਨੇ, ਸਮਝ ਲਓ ਵੀ ਰੱਬ ਦੇ ਦਰਸ਼ਨ ਹੋ ਗਏ। ਸਹੀ ਨੇ ਜਿਹੜੇ ਰੱਬ ਨੇ ਪੈਦਾ ਕੀਤੇ ਨੇ, ਜਿਹੜੇ ਜਾਣ ਕੇ ਬਣੇ ਨੇ ਉਹਨਾਂ ਨੂੰ। ਇਹ ਸਹੀ ਗੱਲ ਹੈ ਜੀ, ਬਹੁਤ ਕੌੜੀ ਸੱਚਾਈ ਹੈ। ਕਹਿੰਦੇ ਇੱਕ ਵਾਰੀ ਕਿੱਥੋਂ ਇਹਨਾਂ ਨੂੰ ਖੁਸ਼ੀ 'ਚ ਨੱਚਣ ਦਾ ਮੌਕਾ ਮਿਲਿਆ। ਪਹਿਲਾਂ ਬਹੁਤ ਘੱਟ ਹੁੰਦੇ ਸੀ, ਕਿਤੇ ਲੱਖਾਂ 'ਚੋਂ ਇੱਕ ਇਹ ਜਾਤ ਪੈਦਾ ਹੁੰਦੀ ਸੀ। ਕਹਿੰਦੇ ਜਦੋਂ ਰਾਮ ਜੀ ਨੂੰ ਬਣਵਾਸ ਹੋਇਆ
ਤੇ ਸਾਰੀ ਦੁਨੀਆ ਅਯੋਧਿਆ ਦੇ ਕਿਨਾਰੇ ਤੱਕ ਮਤਲਬ ਹੱਦ ਤੱਕ ਛੱਡਣ ਗਈ ਤੇ ਨਾਲ ਇੱਕ ਢਾਈ ਜਾਤ ਵੀ ਸੀ। ਜਦੋਂ ਹੁਣ ਹੱਦ ਟੱਪ ਕੇ ਰਾਮ ਜੀ ਗਾਂ ਬਣਵਾਸ ਨੂੰ ਜਾਣ ਲੱਗੇ ਤੇ ਸਾਰੀ ਜਨਤਾ ਨੂੰ ਕਿਹਾ ਵੀ ਭਾਈ ਸਭੇ ਨਰ ਨਾਰੀਆਂ ਵਾਪਸ ਚਲੇ ਜਾਓ। ਨਰ ਨਾਰੀਆਂ ਦਾ ਮਤਲਬ ਬੰਦੇ ਬੁੜੀਆਂ। ਹੁਣ ਜਿਹੜੇ ਬਾਬੇ ਸੀ ਉੱਥੇ ਸੋਚ ਚ ਖੜ ਗਏ, ਕਹਿੰਦੇ ਨਾ ਮੈਂ ਨਰ ਨਾ ਮੈਂ ਨਾਰੀ ਨਾ ਮੈਂ ਨਰ ਨਾ ਮੈਂ ਨਾਰੀ, ਭਗਵਾਨ ਨੇ ਹੁਕਮ ਕੀਤਾ ਮੈਂ ਜਾਵਾਂ ਕਿਵੇਂ, ਨਰ ਨਾਰੀਆਂ ਨੂੰ ਹੁਕਮ ਕੀਤਾ, ਮੈਂ ਤਾਂ ਉਹਨਾਂ ਦੋਨਾਂ ਚੋਂ ਹੈ। ਉੱਥੇ ਖੜੇ ਕਰੀ ਗਏ ਨਾ ਮੈਂ ਨਰ ਨਾ ਮੈਂ ਨਾਰੀ ਨਾ ਮੈਂ ਨਰ ਨਾ ਮੈਂ ਨਾਰੀ, ਧੂੜ ਮਿੱਟੀ ਜੰਮ ਗਈ ਉਸੇ ਹੱਦ ਤੇ। ਜਦੋਂ ਰਾਮ ਜੀ ਬਣਵਾਸ ਕੱਟ ਕੇ ਆਏ ਇੱਕ ਆਵਾਜ਼ ਆਈ ਜਾਵੇ ਨਾ ਮੈਂ ਨਰ ਨਾ ਮੈਂ ਨਾਰੀ ਨਾ ਮੈਂ ਨਰ ਨਾ ਮੈਂ ਨਾਰੀ, ਉਹਨਾਂ ਨੇ ਧੂੜ ਮਿੱਟੀ ਚਾੜੀ ਤੇ ਪੁੱਛਿਆ ਵੀ ਬਾਬੇ ਤੁਸੀਂ ਵਾਪਸ ਕਿਉਂ ਨਹੀਂ ਗਏ। ਕਹਿੰਦੇ ਜੀ ਮਹਾਰਾਜ ਤੁਸੀਂ ਹੁਕਮ ਹੀ ਨਹੀਂ ਦਿੱਤਾ ਸੀ, ਤੁਸੀਂ ਤਾਂ ਨਰ ਨਾਰੀਆਂ ਨੂੰ ਹੁਕਮ ਦਿੱਤਾ ਸੀ, ਮੈਨੂੰ ਤਾਂ ਤੁਸੀਂ ਹੁਕਮ ਹੀ ਨਹੀਂ ਦਿੱਤਾ ਸੀ। ਉਦੋਂ ਪਹਿਲਾਂ ਹੀਜੜੇ ਨੱਚਦੇ ਨਹੀਂ ਹੁੰਦੇ ਸੀ ਕਦੇ ਵੀ। ਇੰਨੀ ਰਾਮ ਜੀ ਉਹਦੀ ਤਪੱਸਿਆ ਤੋਂ ਖੁਸ਼ ਹੋਏ ਤੇ ਇੱਕ ਆਨਾ ਉਹਨਾਂ ਨੂੰ ਦੇਤਾ, ਕਹਿੰਦੇ ਆ ਚੱਕੋ ਇੱਕ ਆਨਾ, ਅੱਜ ਤੋਂ ਬਾਅਦ ਇਹ ਤੁਹਾਨੂੰ ਮੈਂ ਆਸ਼ੀਰਵਾਦ ਦਿੰਦਾ ਵੀ ਕਿਸੇ ਵੀ ਗਮੀ ਵਾਲੇ ਘਰੇ ਨਹੀਂ ਤੁਸੀਂ ਜਾਓਗੇ, ਹਰ ਖੁਸ਼ੀ ਵਾਲੇ ਘਰੇ ਜਾ ਕੇ ਤੁਹਾਨੂੰ ਜਿਹੜਾ ਖੁਸ਼ੀ ਦਾ ਹਿੱਸਾ ਹੈ ਉਹ ਮਿਲੂਗਾ ਤੇ ਤੁਸੀਂ ਘਰ ਘਰ ਜਾ ਕੇ ਉਹਨਾਂ ਖੁਸ਼ੀਆਂ ਨੂੰ ਸਾਂਝਾ ਕਰੋਗੇ। ਉਸ ਤੋਂ ਬਾਅਦ ਇਹ ਬਾਬਿਆਂ ਨੂੰ ਨੱਚਣ ਦਾ ਜਿਹੜਾ ਤੇ ਆਪਣੀਆਂ ਖੁਸ਼ੀਆਂ ਸਾਂਝਾ ਕਰਨ ਦਾ ਜਿਹੜਾ ਉਹ ਟਾਈਮ ਮਿਲਿਆ। ਉਦੋਂ ਪਹਿਲਾਂ ਇਹ ਜਿਹੜੇ ਸਾਡੇ ਬਾਬੇ ਸਨ ਇਹ ਲੋਕਾਂ ਦੇ ਘਰੇ ਜਾ ਕੇ ਖੁਸ਼ੀ ਨਹੀਂ ਮੰਗਦੇ ਸੀ, ਵੰਡਾਉਂਦੇ ਨਹੀਂ ਸੀ। ਇਸੇ ਕਰਕੇ ਦੋ ਜਾਤਾਂ ਐਸੀਆਂ ਹੋਈਆਂ ਜਿਹੜੀਆਂ ਸੁਬਹ ਉੱਠ ਕੇ ਤੁਹਾਡੀ ਖੁਸ਼ੀ ਜ਼ਰੂਰ ਮੰਗਦੀਆਂ ਨੇ। ਚਿਹਰੇ ਤੇ ਕਿਉਂ ਛਾਈ ਉਦਾਸੀ, ਲੱਗਦਾ ਝਿੜਕੇ ਹੁੰਦੀ ਖਾਸੀ, ਗੱਲ ਸੁਣਨੀ ਹੀਰ ਸਲੇ ਤੜੀਏ, ਸਾਨੂੰ ਵਿੱਚ ਮੇ ਤੜੀਏ ਸਾਨੂੰ
ਹੀਰੇ